ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਦੇ ਉੱਪਰ ਦੇਖੋ ਜੀ ਜਿਹੜੇ ਸਟੂਡੈਂਟ ਈਟੀਟੀ ਐਂਟ੍ਰਾਂਸ ਸਟੱਡੀ ਤਿਆਰੀ ਕਰਦੇ ਨੇ ਤਾਂ ਉਹਨਾਂ ਦੇ ਲਈ ਆਪਾਂ ਨੈਕਸਟ ਕਲਾਸ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਚੈਨਲ ਦੇ ਉੱਪਰ ਪੰਜਾਬੀ ਦੀ ਤਿਆਰੀ ਹੋ ਰਹੀ ਹੈ ਤਾਂ ਅੱਜ ਆਪਣੀ ਕਲਾਸ ਆ ਪੰਜਵੀਂ ਉਸ ਤੋਂ ਪਹਿਲਾਂ ਚਾਰ ਚਾਰਜ ਦੀਆਂ ਕਲਾਸਾਂ ਆਲਰੇਡੀ ਆਪਾਂ ਡਿਸਕਸ ਕਰ ਚੁੱਕੇ ਹਾਂ ਸਾਡੀ ਕੋਈ ਇੱਕ ਕਹਿਣਾ ਹੈ ਟੈਗ ਲਾਈਨ ਹੈ ਕਿ ਤਿਆਰੀ ਕਰੋ ਦਿਲ ਸੇ ਕਿ ਦਿਲ ਲਗਾ ਕੇ ਤਿਆਰੀ ਕਰੋ ਕਿ ਤੁਹਾਨੂੰ ਮੈਂ ਕਹਿੰਨਾ ਵੀ ਇਹ ਵੀਡੀਓ ਤੁਸੀਂ ਇੱਕ ਵਾਰੀ ਦੇਖੋ ਇਸ ਤੋਂ ਕੁਐਸਚਨ ਤੁਹਾਨੂੰ ਦੁਰੀ ਵਾਰ ਦੇਖਣ ਦੀ ਲੋੜ ਨਾ ਪਵੇ ਵਧੀਆ ਤਰੀਕੇ ਦੇ ਨਾਲ ਤਿਆਰੀ ਕਰੋ ਉਮੀਦ ਕਰਦਾ ਹਾਂ ਕਿ ਤੁਹਾਡੀ ਬਹੁਤ ਅੱਛੀ ਤਿਆਰੀ ਚੱਲਦੀ ਹੋਏਗੀ ਜਿਵੇਂ ਕਿ ਮੈਨੂੰ ਲੱਗਦਾ ਹੈ ਕਿ ਐਗਜ਼ਾਮ ਪਹਿਲੀ ਵਾਰ ਹੋ ਰਿਹਾ ਤੇ ਪਹਿਲੀ ਵਾਰ ਬਹੁਤ ਆਸਾਨ ਹੋਏਗਾ ਕਿੰਨਾ ਡਿਫਿਕਲਟ ਨਹੀਂ ਹੋਏਗਾ ਤੇ ਬਾਕੀ ਜਿਹੜਾ ਤੁਹਾਨੂੰ ਦਿੱਕਤ ਆ ਸਕਦੀ ਆ ਉਹ ਟੀਚਿੰਗ ਐਪਟੀਟਿਊਡ ਦੇ ਵਿੱਚ ਆ ਸਕਦੀ ਆ ਕਿਉਂਕਿ ਟੀਚਿੰਗ ਐਬਿਟੀਟਿਊਡ ਤੁਸੀਂ ਕਿਤੋਂ ਨਹੀਂ ਪੜ ਸਕਦੇ ਇਸ ਦੇ ਅਕੋਰਡਿੰਗ ਜਿਹੜਾ ਕਿ ਆਪਾਂ ਐਗਜ਼ਾਮ ਆ ਰਿਹਾ ਤਾਂ ਉਹ ਅਸੀਂ ਇਸ ਚੈਨਲ ਦੇ ਉੱਪਰ ਕਰਵਾ ਰਹੇ ਹਾਂ ਨਾਲ ਥਿਊਰੀ ਤੇ ਪਲੱਸ ਐਮਸੀਕਿਊ ਚੱਲ ਰਹੇ ਨੇ ਸਾਡੇ ਇਸ ਦੇ ਉੱਪਰ ਠੀਕ ਹੈ ਉਸ ਤੋਂ ਬਾਅਦ ਗੱਲ ਕਰੀਏ ਮੈਂਟਲ ਐਬਿਲਿਟੀ ਦੀ ਤਾਂ ਮੈਂਟਲ ਐਬਿਲਿਟੀ ਦੇ ਜਿੰਨੇ ਵੀ ਟੌਪਿਕ ਆ ਉਹ ਆਪਾਂ ਕਵਰ ਕਰ ਚੁੱਕੇ ਹਾਂ ਤੇ ਇਸ ਵੀਡੀਓ ਤੁਹਾਨੂੰ ਇਸ ਚੈਨਲ ਦੇ ਉੱਪਰ ਮਿਲ ਚੁੱਕੇ ਹੋਣਗੇ ਕਰੰਟ ਅਫੇਅਰ ਜਿਹੜੀ ਕਿ ਕਰੰਟ ਅਫੇਅਰ ਆ ਤੁਹਾਨੂੰ ਤੁਹਾਡੇ ਪੇਪਰ ਦੇ ਅਕੋਰਡਿੰਗ ਵੀ ਕਰਵਾ ਰਹੇ ਹਾਂ ਕਰੰਟ ਅਫੇਅਰ ਹਾਂਜੀ ਪੱਕੀ ਸਾਰਾ ਸਿਲੇਬਸ ਹਣਾ ਮੈਂਟਲ ਅਬਿਲਿਟੀ ਹੋ ਗਿਆ ਮੈਥ ਹੋ ਗਿਆ ਮੈਥ ਦੇ ਕੁਝ ਟਾਪਿਕ ਹੋਗੇ ਉਹ ਕਵਰ ਹੋ ਰਿਹਾ ਇਸ ਦੇ ਨਾਲ ਨਾਲ ਜੀਕੇ ਜਿੰਨੀ ਹੋਗੀ ਪੰਜਾਬ ਹੋਗੀ ਪੰਜਾਬ ਜੀਕੇ ਹਣਾ ਉਹ ਤੁਹਾਨੂੰ ਪੰਜਾਬ ਜੀਕੇ ਕਰਵਾਉਣੇ ਨਾਲ ਐਸਐਸਟੀ ਕਰਵਾ ਰਹੇ ਹਾਂ ਨਾਲ ਤੁਹਾਨੂੰ ਸਾਇੰਸ ਦੇ ਟੌਪਿਕ ਕਰਵਾ ਰਹੇ ਹਾਂ ਸਾਇੰਸ ਦੇ ਹੈਨਾ ਸਾਰੀਆਂ ਜਿਹੀਆਂ ਚੀਜ਼ਾਂ ਤੁਹਾਨੂੰ ਚੰਨ ਰਹੀਆਂ ਐਨਾ ਕੁਝ ਤੁਹਾਨੂੰ ਇੱਕੋ ਚੈਨਲ ਦੇ ਉੱਪਰ ਮਿਲ ਲਿਆ ਇਸ ਤੋਂ ਵਧੀਆ ਤੁਹਾਨੂੰ ਕਿਤੇ ਹੋਰ ਨਹੀਂ ਮਿਲ ਸਕਦਾ ਸੋ ਤਿਆਰੀ ਕਰੋ ਜਲਦ ਸੇ ਤੇ ਆਈਟੀਟੀ ਇੰਟਰ ਸਟੈਂਸ ਤੁਸੀਂ ਵੀ ਚਾਹੁੰਦੇ ਹੋ ਪਾਸ ਹੋਣਾ ਤਾਂ ਇਹ ਵੀਡੀਓ ਐਂਡ ਤੱਕ ਦੇਖਿਓ ਬਾਕੀ ਸਾਡੀ ਅਲੱਗ ਪਲੇਲਿਸਟ ਬਣੀ ਹੋਈ ਹੈ ਸਾਰੀਆਂ ਦੀ ਪਲੇਲਿਸਟ ਬਣੀ ਹੋਈ ਹੈ ਜਿੰਨੇ ਵੀ ਅਸੀਂ ਟੌਪਿਕ ਕਰਵਾਏ ਹੈ ਜਿੰਨੇ ਵੀ ਤੁਹਾਨੂੰ ਲਈ ਜ਼ਰੂਰੀ ਕਲਾਸਾਂ ਰਹਿ ਗਈਆਂ ਤੁਸੀਂ ਉਹ ਜਾ ਕੇ ਕਲਾਸਾਂ ਲਗਾ ਸਕਦੇ ਹੋ ਲਓ ਜੀ ਸ਼ੁਰੂ ਕਰਦੇ ਹਾਂ ਅੱਜ ਸਭ ਤੋਂ ਪਹਿਲੀ ਕਲਾਸ ਤੋਂ ਪਹਿਲਾਂ ਜਿਹ ਅੱਗੇ ਚੱਲਦੇ ਆ ਕਨਕਦੀ ਵਲੀ ਨਾਟਕ ਕਿਸ ਨੇ ਲਿਖਿਆ ਇਹ ਕਨਕਦੀ ਵਲੀ ਹੈ ਉਹ ਨਾਟਕ ਹੈ ਉਹ ਨਾਟਕ ਕਿਸ ਨੇ ਲਿਖਿਆ ਆਈਸੀ ਨੰਦਾ ਨੇ ਅਜੀਤ ਕੌਰ ਨੇ ਦਲੀਪ ਕੌਰ ਨੇ ਤੇ ਬਲਵੰਤ ਗਾਰਗੀ ਨੇ ਤੁਹਾਨੂੰ ਆਪਸ਼ਨ ਦੇ ਵਿੱਚ ਹੈ ਬਲਵੰਤ ਗਾਰਗੀ ਜਿਹੜਾ ਆਪਸ਼ਨ ਸਹੀ ਆ ਡੀ ਹੈ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਇਹ ਬਾਣੀਆਂ ਦਾ ਮੁੰਡਾ ਤੇ ਜਿਹਨੇ ਅਕਸਰ ਜਿਹੜਾ ਕੀ ਕੀ ਲਿਖਿਆ ਹੈ ਆਪਣਾ ਜੋ ਵੀ ਚੀਜ਼ ਲਿਖੀ ਆ ਉਹ ਆਪਣੇ ਨਾਟਕਾਂ ਦੇ ਵਿੱਚ ਚਾਦੀ ਲਿਖੀ ਆ ਕਿਉਂਕਿ ਇਹ ਨਾਟਕਕਾਰ ਸੀ ਬਹੁਤ ਅੱਛਾ ਨਾਟਕਕਾਰ ਸੀਗਾ ਠੀਕ ਹੈ ਜਿਸ ਕਰਕੇ ਇਹ ਪ੍ਰਚਿੱਧ ਹੋਇਆ ਤੇ ਆਪਣੇ ਆਪ ਦੇ ਵਿੱਚ ਹੈ ਤੇ ਬਾਕੀ ਤੁਹਾਨੂੰ ਕਹਾਣੀਆਂ ਮੈਂ ਪਹਿਲੇ ਦੱਸ ਚੁੱਕਿਆ ਹਾਂ ਪਿਛਲੀ ਵੀਡੀਓ ਚ ਨਾਟਕ ਲੋਕਕੁੱਟ ਕਿਸ ਨੇ ਲਿਖਿਆ ਇੱਕ ਨਾਟਕ ਸੀਗਾ ਲੋਕਕੁੱਟ ਕਿੱਥੇ ਨੇ ਲਿਖਿਆ ਤਾਂ ਲੋਕਕੁੱਟ ਹੈ ਬਲਵੰਤਕਾਰ ਕੀ ਕਿਉਂਕਿ ਬਲਵੰਤਕਾਰ ਕੀ ਮਸ਼ਹੂਰੀ ਨਾਟਕਾਂ ਕਰਕੇ ਹੋਇਆ ਸੀਗਾ ਆਪਣੇ ਕੋਲੇ ਏ ਆਪਸ਼ਨ ਇਥੇ ਸਹੀ ਸੰਸਾਰ ਦੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਦੇਖੀ ਸੰਸਾਰ ਦੇ ਵਿੱਚ ਵਰਲਡ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਸਭ ਤੋਂ ਜ਼ਿਆਦਾ ਸਪੀਕ ਹੋਣ ਵਾਲੀ ਜਾਂ ਬੋਲਣ ਵਾਲੀ ਭਾਸ਼ਾ ਕਿਹੜੀ ਹੈ ਤਾਂ ਤੁਹਾਨੂੰ ਇੰਗਲਿਸ਼ ਹੋਏਗਾ ਸਪੈਨੀ ਹੋਏਗਾ ਹਿੰਦੀ ਹੋਏਗਾ ਮੈਂਡਰੀਨ ਹੋਏਗਾ ਮੈਡਰਿਨ ਤਾਂ ਕਿਹੜੀ ਭਾਸ਼ਾ ਜਿਹੜੀ ਆ ਸਭ ਤੋਂ ਜ਼ਿਆਦਾ ਸੰਸਾਰ ਦੇ ਵਿੱਚ ਬੋਲੀ ਜਾ ਰਹੀ ਹੈ ਕਿ ਇਹ ਬਹੁਤ ਜ਼ਿਆਦਾ ਹਾਂ ਲੋਕਾਂ ਦੇ ਵਿੱਚ ਕਹਿ ਸਕਦੇ ਹਾਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਬੋਲੀ ਜਾ ਰਹੀ ਹੈ ਤਾਂ 198 ਨੰਬਰ ਦਾ ਸਹੀ ਆਪਸ਼ਨ ਕੀ ਆ ਤਾਂ ਇਹਦੇ ਵਿੱਚ ਬੀ ਆਪਸ਼ਨ ਸਹੀ ਆ ਮੈਡਰਿਨ ਮੈਡਰਿਨ ਠੀਕ ਹੈ ਮੈਡਰਿਨ ਜਿਹੜੀ ਆ ਮੈਡਰਿਨ ਭਾਸ਼ਾ ਜਿਹੜੀ ਆ ਬੋਲੀ ਜਾਂਦੀ ਹੈ ਠੀਕ ਹੈ ਆਪਸ਼ਨ ਆਪਣਾ ਬੀ ਸਹੀ ਆ चलो जी की चलते हैं संसारती सब तो बद बोली वाली भाषा देखो ऑप्शन चेंज हो क्वेश्चन चेंज मतलब क्वेश्चन सेम रहेगा ऑप्शन चेंज हो गए ऑप्शन चेंज हो गए मतलब जरा ऑप्शन चेंज आएगा आंसर चेंज तो हो ती होएगा पाली होएगा ਹਿੰਦੀ ਹੋਏਗਾ ਸੰਸਕ੍ਰਿਤ ਹੋਏਗਾ ਤੇ ਬ੍ਰਹਮੀ ਹੋਏਗਾ ਦੇਖੋ ਸਭ ਤੋਂ ਜਿਹੜੀ ਭਾਸ਼ਾ ਪਹਿਲੀ ਹੈ ਨਾ ਆਪਣੇ ਪੰਜ ਭਾਰਤ ਦੀ ਤਾਂ ਭਾਰਤ ਦੀ ਸਭ ਤੋਂ ਪਹਿਲੀ ਜਿਹੜੀ ਭਾਸ਼ਾ ਉਹ ਸੰਸਕ੍ਰਿਤ ਹੈ ਤਾਂ ਸੰਸਕ੍ਰਿਤ ਨੂੰ ਪਹਿਲੀ ਵਾਰ ਬਹੁਤ ਜਿਹੜੇ ਆਰੀਅਨ ਲੋਕ ਸੀ ਆਰੀਅਨ ਲੋਕ ਨੇ ਹਨ ਸੰਸਕ੍ਰਿਤ ਨੂੰ ਬੱਤਿਆ ਬਹੁਤ ਲੰਮੀ ਸਮੇਂ ਤੱਕ ਇਹ ਸੰਸਕ੍ਰਿਤ ਚੱਲਦੀ ਗਈ ਫਿਰ ਸੰਸਕ੍ਰਿਤ ਤੋਂ ਨਿਕਲ ਕੇ ਆਈ ਪਾਲੀ ਭਾਸ਼ਾ ਹਨਾ ਪਾਲੀ ਭਾਸ਼ਾ ਨਿਕਲ ਕੇ ਆਈ ਤੇ ਪਾਲੀ ਭਾਸ਼ਾ ਦੀ ਜਿਹੜੀ ਹਨਾ ਜ਼ਿਆਦਾ ਵਰਤੋਂ ਕਿਸੇ ਨੇ ਕੀਤੀ ਆ ਚੰਦਰਗੁਪਤ ਹਨਾ ਇਸ ਸਮੇਂ ਦੀ ਚੰਦਰਗੁਪਤ ਚੰਦਰ ਗੁਪਤ ਦੇ ਸਮੇਂ ਹੋਈ ਹੈ ਤੇ ਉਸ ਸਮੇਂ ਅਸ਼ੋਕ ਦੇ ਸਮੇਂ ਹੋਈ ਹੈ ਅਸ਼ੋਕ ਦੇ ਸਤੰਭਾਂ ਦੇ ਵਿੱਚ ਹਨ ਅਸ਼ੋਕ ਦੇ ਸਮੇਂ ਹੋਈ ਹੈ ਅਸ਼ੋਕ ਨੇ ਜ਼ਿਆਦਾਤਰ ਜਿਹੜੇ ਆਪਣੇ ਸਤੰਭਾ ਉਹ ਪਾਲੀ ਭਾਸ਼ਾ ਦੇ ਵਿੱਚ ਹੀ ਜੋ ਉਹਨੇ ਆਪਣਾ ਪਹੁੰਚਾਇਆ ਹਨ ਫਿਰ ਉਹ ਅਸ਼ੋਕ ਨੇ ਆਪਣਾ ਧਰਮ ਆਪਣਾ ਲਿਆ ਸੀਗਾ ਉਸ ਤੋਂ ਬਾਅਦ ਉੱਥੋਂ ਹੀ ਨਿਕਲ ਕੇ ਆ ਬ੍ਰਹਮੀ ਬ੍ਰਹਮੀ ਭਾਸ਼ਾ ਹਨ ਜਦੋਂ ਤੱਕ ਇਹ ਚੱਲੀ ਰਹੀ ਉਸ ਤੋਂ ਬਾਅਦ ਉੱਥੋਂ ਹੀ ਨਿਕਲ ਕੇ ਆ ਹਿੰਦੀ ਹਿੰਦੀ ਤੋਂ ਬਾਅਦ ਆਪਣੀ ਆਈ ਪੰਜਾਬੀ ਇਹ ਸਾਰੇ ਇੱਕੋ ਹੀ ਫੈਮਿਲੀ ਆ ਜਿਹੜੀ ਕਿ ਸੰਸਕ੍ਰਿਤ ਚੋਂ ਨਿਕਲੀ ਆ ਕਿਸੇ ਨਾ ਕਿਸੇ ਹੋਰ ਭਾਸ਼ਾਵਾਂ ਦਾ ਪ੍ਰਭਾਵ ਲੈ ਕੇ ਇੱਕ ਭਾਸ਼ਾ ਬਣ ਗਈ ਤੇ ਭਾਸ਼ਾ ਉਸ ਨੂੰ ਦੇਖੋ ਪਹਿਲੀ ਵਾਰ ਤੁਹਾਨੂੰ ਪਤਾ ਹੋਣਾ ਜਾਂ ਭਾਸ਼ਾ ਕੀ ਆ ਜਿਸ ਨੂੰ ਲਿਖਿਆ ਜਾਵੇ ਹਾਂਜੀ ਜਿਸ ਨੂੰ ਲਿਖਿਆ ਜਾਵੇ ਲਿਖਤ ਹੋਵੇ ਤੇ ਪਲੱਸ ਬੋਲੀ ਜਾਵੇ ਠੀਕ ਹੈ ਤੇ ਜਿਹਦੇ ਕੋਲੇ ਦੋਨੋਂ ਰੂਪ ਹੋਣ ਲਿਖਣ ਪਲੱਸ ਮੌਖਿਕ ਜਿੱਤੇ ਕੋਲੇ ਦੋਨੇ ਰੂਪ ਹੋਣ ਉਸ ਨੂੰ ਹੀ ਆਪਾਂ ਕੀ ਕਹਾਂਗੇ ਭਾਸ਼ਾ ਹੈ ਅਦਰਵਾਈਜ਼ ਆਪਾਂ ਭਾਸ਼ਾ ਨਹੀਂ ਕਹਿੰਦੇ ਹੁਣ ਕਦੇ ਤੁਸੀਂ ਸੁਣਿਆ ਹਨਾ ਦੁਆਬੀ ਭਾਸ਼ਾ ਦੁਆਬੀ ਭਾਸ਼ਾ ਮਲਵਈ ਭਾਸ਼ਾ ਹਾਂ ਜੇ ਕਾ ਵੈਸੇ ਤਾਂ ਕਹਿਨ ਨੂੰ ਤਾਂ ਕਹਿ ਦਈਏ ਪਰ ਕਾਗਜ਼ਾਂ ਦੇ ਵਿੱਚ ਆਪਣੇ ਦਾਸਤਾਵੇਜ਼ਾਂ ਦੇ ਵਿੱਚ ਇਹ ਕੀ ਹੈ ਇਹ ਬੋਲੀਆਂ ਨੇ ਕੀ ਹੈ ਜੀ ਬੋਲੀਆਂ ਨਾ ਕਿ ਭਾਸ਼ਾ ਠੀਕ ਹੈ ਨਾ ਕਿ ਭਾਸ਼ਾ ਹੈ ਬੋਲੀਆਂ ਹੈ ਇਸ ਕਰਕੇ ਕੀਤਾ ਪੈਸੀ ਆਪਣੇ ਜਿਹੜਾ ਇੱਥੇ ਆਪਸ਼ਨ ਆਪਣੇ ਕੋਲੇ 199 ਦਾ ਉਹ ਹੈ ਆਪਣੇ ਕੋਲੇ ਸੀ ਆਪਸ਼ਨ ਸਹੀ ਆ ਠੀਕ ਹੈ ਸੀ ਆਪਸ਼ਨ ਇਥੇ ਸਹੀ ਆ ਸੰਸਕ੍ਰਿਤ ਸਭ ਤੋਂ ਜ਼ਿਆਦਾ ਬੋਲੀ ਜਾਂਦੀ ਅੱਜ ਦੇ ਸਮੇਂ ਵੀ ਅਗਲਾ ਦੇਖੋ ਪੋਟੀਮ ਪੋਟੇਟ ਠੀਕ ਆ ਪੋਟੀਨ ਪੋਟੇਟ ਠੀਕ ਆ ਪੋਟੇਟ ਇਸ ਤਰ੍ਹਾਂ ਆ ਹਨਾ ਟਿੱਖੋ ਦੇ ਵਿੱਚ ਕੀ ਆ ਕਹਿੰਦੇ ਜੀ ਕਬੀ ਕਵੀ ਦਾ ਕਵਿਤਾ ਸਵਾਲ ਇੱਥੇ ਕੀ ਲਿਖਿਆ ਜਾਏਗਾ ਕਵਿਤਾ ਲਿਖਿਆ ਜਾਏਗਾ ਕਵਿਤਾ ਦਾ ਕਵੀ ਅੰਗਰੇਜ਼ੀ ਵਿੱਚ ਕਿਸ ਨੇ ਲਿਖਿਆ ਜਾਂ ਕਵੀ ਦਾ ਕਵੀ ਅੰਗਰੇਜ਼ੀ ਵਿੱਚ ਕਿਸ ਨੇ ਇਹ ਕਵਿਤਾ ਨੂੰ ਅੰਗਰੇਜ਼ੀ ਵਿੱਚ ਕਿਸ ਨੇ ਲਿਖੀ ਆ ਠੀਕ ਹੈ ਜੀ ਤਾਂ ਆਪਸ਼ਨ ਹੈ ਕੀਟਸ ਹੈ ਤੁਹਾਨੂੰ ਦੱਸਿਆ ਹੈ ਤਾਂ ਪੰਜਾਬੀ ਦਾ ਗੀਟਸ ਸ਼ਿਵ ਕੁਮਾਰ ਬਟਾਲਵੀ ਨੂੰ ਕਿਹਾ ਜਾਂਦਾ ਮੈਂ ਬਹੁਤ ਵਾਰੀ ਦੱਸਿਆ ਪੀਅਰਟਸ ਹੈ ਸੈਲੇ ਹੈ ਐਡਮੰਡ ਸਪੈਂਗਰ ਹੈ ਤਾਂ ਇਹਦੇ ਵਿੱਚੋਂ ਸਹੀ ਆਪਸ਼ਨ ਕੀ ਆਪਣਾ ਆਪਸ਼ਨ ਹੈ ਆਪਣੇ ਕੋਲੇ ਡੀ ਡੀ ਆਪਸ਼ਨ ਸਹੀ ਆ ਚਲੋ ਜੀ ਚਲਦੇ ਆ ਨੈਕਸਟ ਵਿਸ਼ਵ ਦਾ ਦੋ ਬੋਭਾਸ਼ਈ ਮਿਲ ਜਿੱਥੇ ਮਲਟੀ ਲੈਂਗੁਏਜ ਹਨਾ ਮਲਟੀ ਲੈਂਗੁਏਜ ਮਲਟੀ ਲੈਂਗੁਏਜ ਕਿਹੜਾ ਜੀ ਆਪਣਾ ਹਾਂਗਕਾਂਗ ਹਾਂਗਕਾਂਗ ਆ ਹੈ ਨਿਊਯਾਰਕ ਹੈ ਸ਼ੰਗਾਈ ਹੈ ਲੰਡਨ ਹੈ ਤਾਂ ਕਿਹੜਾ ਜੀ ਆਪਣੇ ਕੋਲੇ ਉਹ ਜਿਹੜਾ ਸ਼ਹਿਰ ਹੈ ਸ਼ਹਿਰ ਪੁੱਛਿਆ ਹਾਂਗਕਾਂਗ ਹਨਾ ਹਾਂਗਕਾਂਗ ਵੀ ਕਹਿੰਦੇ ਇਹਨੂੰ ਹੌਂਗ ਠੀਕ ਹੈ ਤਾਂ ਕਿਹੜਾ ਜੀ ਆਪਣੇ ਕੋਲੇ ਇਹਦੇ ਵਿੱਚ ਸਹੀ ਆਪਸ਼ਨ 201 ਦਾ ਤੇ ਏ ਆਪਸ਼ਨ ਹਾਂਗਕਾਂਗ ਦੇ ਵਿੱਚ মালਟੀ ਲੈਂਗੁਏਜ ਦੀ ਜਿਹੜੀ ਆ ਸਿਟੀ ਹੈ ਬਹੁ ਭਾਸ਼ਾਈ ਬੋਲਣ ਬੋਲੀ ਜਾਂਦੀ ਇੱਥੇ ਅਪਣਾਈ ਗਈ ਹੈ ਠੀਕ ਹੈ ਅਗਲਾ ਦੇਖੋ ਜੀ ਆਪਣੇ ਕੋਲੇ ਹੈ 202 ਭਾਰਤ ਵਿੱਚ ਡੋਗਰੀ ਬੋਲੀ ਕਿੱਥੇ ਬੋਲੀ ਜਾਂਦੀ ਆ ਵੈਸੇ ਤਾਂ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਗੱਲ ਕਰੀਏ ਪੰਜਾਬ ਦੇ ਵੱਖ-ਵੱਖ ਏਰੀਆ ਨੂੰ ਵੰਡਿਆ ਹੋਇਆ ਸੀਗਾ ਕਿਸਦੇ ਦਾ ਧਾਤੇ ਬੋਲੀਆਂ ਦੇ ਧਾਤੇ ਪਰ ਅਸਲ ਵਿੱਚ ਪੰਜਾਬ ਦੀ ਤਾਂ ਪੰਜਾਬੀ ਬੋਲੀ ਸੀ ਨਾ ਪੰਜਾਬੀ ਭਾਸ਼ਾ ਹੀ ਸੀ ਪਰ ਪੰਜਾਬੀ ਭਾਸ਼ਾ ਨੂੰ ਬੋਲਣ ਦੇ ਤਰੀਕਿਆਂ ਚ ਬੋਲੀਆਂ ਜੰਡਤਾ ਉਸੇ ਤਰ੍ਹਾਂ ਇੱਕ ਚਾਰ ਜਿਹੜੀ ਅੱਜ ਦੇ ਸਮੇਂ ਦਾ ਚਾਰ ਹੈ ਏਰੀਆ ਜੀ ਮਲਵਈ ਹੈ ਤੇ ਅੱਜ ਦੇ ਸਮੇਂ ਮਲਵਈ ਹੈ ਦੁਆਬੀ ਹੈ ਦੁਆਬੀ ਬੋਲੀ ਹੈ ਠੀਕ ਹੈ ਤੇ ਮਾਜੀ ਹੈ ਤੇ ਪੁਆਦੀ ਹੈ ਇਹ ਜਿਹੜੀ ਆ ਅੱਜ ਦੇ ਸਮੇਂ ਪੰਜਾਬ ਦੀਆਂ ਕੀ ਆ ਚਾਰ ਪੰਜਾਬ ਦੇ ਕੋਲੇ ਉਪ ਬੋਲੀਆਂ ਰਹਿੰਗੀਆਂ ਠੀਕ ਆ ਉਪ ਪਾਸਾမှာ ਰਹਿੰਗੇ ਜਾਂ ਬੋਲੀਆਂ ਰਹਿੰਗੀਆਂ ਠੀਕ ਹੈ ਤੇ ਹੁਣ ਗੱਲ ਕਰੀਏ ਇਹ ਡੋਗਰੀ ਡੋਗਰੀ ਜੀ ਪਹਾੜੀ ਇਲਾਕੇ ਚ ਬੋਲੀ ਜਾਂਦੀ ਸੀ ਇਹ ਵੀ ਕਿਸੇ ਸਮੇਂ ਇੱਕ ਹੀ ਬੋਲੀ ਸੀਗੀ ਪਰ ਬਾਅਦ ਵਿੱਚ ਜਦੋਂ ਸੰਵਿਧਾਨਿਕ ਅਧਿਕਾਰ ਮਿਲ ਗਿਆ ਸੰਵਿਧਾਨਿਕ ਅਧਿਕਾਰ ਮਿਲ ਗਿਆ ਤਾਂ ਇੱਕ ਹੀ ਬਣ ਗਈ ਇਹ ਡੋਗਰੀ ਭਾਸ਼ਾ ਬਣ ਗਈ ਠੀਕ ਆ ਭਾਸ਼ਾ ਬਣ ਗਈ ਅੱਜ ਇਹਨੂੰ ਡੋਗਰੀ ਨੂੰ ਭਾਸ਼ਾ ਦਾ ਦਰਜਾ ਮਿਲਿਆ ਤਾਂ ਹੈ ਤਾਂ ਇਹ ਪੰਜਾਬੀ ਦਾ ਰੂਪ ਹੀ ਤਾਂ ਕਿੱਥੇ ਬੋਲੀ ਜਾਂਦੀ ਹੈ ਤਾਂ ਮਨ ਤੁਹਾਨੂੰ ਸੰਵਧਾਨਿਕ ਬਣਿਆ ਹੈ ਤਾਂ ਇਹ ਪਹਾੜੀ ਇਲਾਕਿਆਂ ਵਿੱਚ ਬੋਲੀ ਜਾਂਦੀ ਜੁਪੀ ਦੇ ਵਿੱਚ ਪਹਾੜ ਨਹੀਂ ਹੈ ਗੁਜਰਾਤ ਵਿੱਚ ਨਹੀਂ ਹੈ ਕਰਨਾਟਕਾ ਦੇ ਵਿੱਚ ਨਹੀਂ ਹੈਗੇ ਤਾਂ ਆਪਸ਼ਨ ਜੰਮੂ ਕਸ਼ਮੀਰ ਠੀਕ ਆ ਜੰਮੂ ਕਸ਼ਮੀਰ ਤੇ ਜੰਮੂ ਕਸ਼ਮੀਰ ਕੀ ਹੈ ਜੀ ਇਹ ਇੱਕ ਯੂਟੀ ਬਣ ਗਈ ਹਨਾ ਯੂਟੀ ਬਣ ਗਈ ਨਾ ਕਿ ਸਟੇਟ ਰਹੀ ਹੈ ਰਾਜ ਨਹੀਂ ਹੈਗਾ ਕਈ ਵਾਰੀ ਆਪਸ਼ਨ ਦੇ ਵਿੱਚ ਹੈ ਰਾਜ ਹੈਗਾ ਨਹੀਂ ਹੈਗਾ ਇਹ ਯੂਟੀ ਬਣ ਗਈ ਠੀਕ ਹੈ ਯੂਟੀ ਬਣ ਦੇ ਨਾਲ ਇਹ ਕਿਥੇ ਆ ਗਈ ਸੈਂਟਰ ਦੇ ਅੰਦਰ ਬਸ ਇੰਨਾ ਤੁਹਾਨੂੰ ਪਤਾ ਹੁੰਦਾ ਮੈਂ ਛੋਟੀ ਛੋਟੀ ਚੀਜ਼ਾਂ ਤੁਹਾਨੂੰ ਕਰਾ ਰਿਹਾ ਡੋਗਰੀ ਨੂੰ ਸਧਾਰਨਿਕ ਜਿਹੜੀ ਆ ਮਿਲ ਚੁੱਕਿਆ ਹੈ ਅਧਿਕਾਰ ਮਿਲ ਚੁੱਕਿਆ ਇਹ ਪਾਸ ਆ ਗਈ ਅੱਜ ਦੇ ਸਮੇਂ ਬੋਲੀ ਨਹੀਂ ਹੈਗੀ ਕਈ ਵਾਰੀ ਤੁਸੀਂ ਕਰੋਂ ਦਾ ਛੇ ਦੂਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਰਤੀ ਭਾਸ਼ਾ ਕਹਿੰਦੇ ਜੀ ਦੂਸਰੇ ਨੰਬਰ ਤੇ ਪਹਿਲੀ ਤਾਂ ਸੰਸਕ੍ਰਿਤ ਨੂੰ ਮੰਨਿਆ ਆਪਾਂ ਦੂਸਰੇ ਸਥਾਨ ਤੇ ਉੜੀਆ ਹੈ ਤਾਮਿਲ ਹੈ ਤੇਲਗੂ ਹੈ ਪਰਾਠੀ ਹੈ ਤਾਂ ਸਭ ਤੋਂ ਜ਼ਿਆਦਾ ਬੋਲੀ ਜਾਂਦੀ ਹੈ ਤੇਲਗੂ ਤੇਲਗੂ ਠੀਕ ਹੈ ਤੇਲਗੂ ਆਧਾਰ ਤੇ ਤੇਲੰਗਣਾ ਹਨਾ ਤੇਲਗਾਨਾ ਬਣਿਆ ਤੇ ਤੇਲੰਗਣਾ ਜਿਹਨੂੰ ਬੋਲਦੇ ਆ ਉਹ ਬਣਿਆ ਠੀਕ ਹੈ ਤੇਲਗੂ ਨੂੰ ਬੰਦਤਾ ਠੀਕ ਹੈ ਏਰੀਆ ਵਾਈਜ਼ ਠੀਕ ਹੈ ਜੀ ਆਪਣੇ ਕੋਲੇ ਇਹ ਵਿੱਚ ਸੀ ਆਪਸ਼ਨ ਸਹੀ ਹੈ ਚਲੋ ਜੀ ਅੱਗੇ ਚੱਲਦੇ ਹਾਂ ਪਦਮ ਵਿਭੋਸ਼ਣ 2004 ਦੇ ਵਿੱਚ ਪੰਜਾਬੀ ਦੀ ਕਿਹੜੀ ਲੇਖਕਾ ਨੂੰ ਮਿਲਿਆ ਹੈ ਇਹ ਜਿਹੜਾ ਇੱਕ ਪੁਰਸਕਾਰ ਹੈ ਠੀਕ ਹੈ ਆਪਣੇ ਆਪ ਤੇ ਬਹੁਤ ਵੱਡਾ ਪੁਰਸਕਾਰ ਹੈ ਤੁਸੀਂ ਕਾ ਪੁਰਸਕਾਰ ਜਿਹੜਾ ਕਿਹੜੀ ਕਵਿਤਾ ਕਵਿਤਰੀ ਨੂੰ ਮਿਲਿਆ ਹੈ ਹਨਾ ਕਵਿਤਰੀ ਜਾਂ ਲੇਖਕਾ ਰਚਨਾਕਾਰ ਨੂੰ ਕਿਹੜੇ ਰਚਨਾਕਾਰ ਨੂੰ ਮਿਲਿਆ ਤਲੀਪ ਕੌਰ ਨੂੰ ਸੁਰਿੰਦਰ ਕੌਰ ਨੂੰ ਅਜੀਤ ਕੌਰ ਨੂੰ ਤੇ ਅਮਰਤਾ ਪ੍ਰੀਤਮ ਨੂੰ ਤਾਂ ਇਹ ਜਿਹੜਾ ਕਿਸ ਨੂੰ ਮਿਲਿਆ ਜੀ ਇਹ ਅਮਰਤਾ ਪ੍ਰੀਤਮ ਨੂੰ ਮਿਲਿਆ ਅਮਰਤਾ ਪ੍ਰੀਤਮ ਨੂੰ ਠੀਕ ਹੈ ਡੀ ਆਪਸ਼ਨ ਦੇ ਵਿੱਚ ਸਹੀ ਹੈ ਚਲੋ ਜੀ ਅੱਗੇ ਦੇਖੋ ਜੋ ਉਦੀ ਖੜੜੇ ਕਿਹੜੀ ਭਾਸ਼ਾ ਵਿੱਚ ਲਿਖੀ ਗਏ ਤਾਂ ਇਹਦਾ ਆਪਸ਼ਨ ਇਹ ਆਉਣਾ ਨਹੀਂ ਹੈ ਇਦਾਂ ਦਾ ਮੈਨੂੰ ਵੀ ਇਸ ਚੀਜ਼ ਦੇ ਉੱਪਰ ਡਾਊਟ ਹੈ ਕਿ ਇਹ ਚੀਜ਼ਾਂ ਆਪਣੇ ਪੰਜਾਬ ਦੀ ਇਤਿਹਾਸ ਵਿੱਚ ਨਹੀਂ ਹੋਣੀਆਂ ਚਾਹੀਦੀ ਬਟ ਫਿਰ ਵੀ ਆਇਆ ਆਪਣਾ ਏ ਆਪਸ਼ਨ ਸਹੀ ਹੈ ਨਹੀਂ ਹੋਣਾ ਚਾਹੀਦਾ ਕੁਰਾਨ ਇਦਾਂ ਦੇ ਕੁਸ਼ਨ ਆ ਸਕਦੇ ਜਰੂਰ ਮੈਂ ਮੰਨਦਾ ਹਾਂ ਕੁਰਾਨ ਕਿਹੜੀ ਭਾਸ਼ਾ ਵਿੱਚ ਲਿਖੀ ਗਈ ਹੈ ਫਾਰਸੀ ਹੈ ਪਰ ਛਿੰਜ ਨੂੰ ਪਾਲੀ ਕਹਿੰਦੇ ਆ ਠੀਕ ਆ ਫਾਰਸੀ ਹੋਗੀ ਜਿਹਨੂੰ ਪਰਸੀਨ ਕਹਿੰਦੇ ਆ ਪਾਲੀ ਹੋਗੀ ਅਰਬ ਹੋਗੀ ਉਰਦੂ ਹੋ ਤਾਂ ਅਕੀਦੇ ਵਿੱਚ ਲਿਖਿਆ ਗਿਆ ਹੈ ਅਰਬ ਨਹੀਂ ਅਰਬੀ ਆਏਗਾ ਅਰਬੀ ਭਾਸ਼ਾ ਦੇ ਵਿੱਚ ਅਰਬ ਅਰਬੀ ਭਾਸ਼ਾ ਵਿੱਚ ਲਿਖਿਆ ਹੈ ਠੀਕ ਹੈ 206 ਦਾ ਜਿਹੜਾ ਆਨਸਰ ਆ ਬੀ ਆਪਸ਼ਨ ਅਰਬੀ ਭਾਸ਼ਾ ਦੇ ਵਿੱਚ ਲਿਖਿਆ ਹੈ ਠੀਕ ਹੈ ਜੀ ਭਜਨ ਕੀ ਹੁੰਦੇ ਦੇਖੋ ਆਪਾਂ ਨਹੀਂ ਕਹਿੰਦੇ ਵੀ ਭਜਨ ਬਈ ਪੰਜ ਭਜਨ ਗਾਉਣੇ ਆ ਕਿਤੇ ਜਾ ਕੇ ਜਾਂ ਭਜਨ ਚੱਲਣੇ ਆ ਭਜਨ ਲਗਾ ਦਿਓ ਪਾ ਜਨ ਸੁਣਨੇ ਆ ਕਿ ਪ੍ਰਭੂ ਦੀ ਉਸਤਤ ਵਿੱਚ ਗੀਤ ਹੁੰਦੇ ਆ ਪ੍ਰਭੂ ਦੀ ਪ੍ਰਸ਼ੰਸਾ ਕੀਤੀ ਜਾਂਦੀ ਆ ਪ੍ਰਭੂ ਦੇ ਬਾਰੇ ਲਿਖਿਆ ਜਾਂਦਾ ਭਗਵਾਨ ਨੂੰ ਮੰਨਿਆ ਜਾਂਦਾ ਤੇ ਇਹਦੇ ਵਿੱਚ ਇਹ ਆਪਸ਼ਨ ਸਹੀ ਆ ਠੀਕ ਹੈ ਜੀ ਚੱਲਦੇ ਅੰਕੇ ਚੱਲਦੇ ਆ ਇਸ ਤੋਂ ਬਾਅਦ ਤਾਂ ਤੁਹਾਨੂੰ ਪਤਾ ਹੀ ਹੈ 208 ਲਾਈਨ ਸੌਰੀ ਆਈ ਲਾਈਕ ਇਟ ਨਾਟ ਆਈ ਲਾਈਕ ਇਟ ਨਾਟ ਸਹੀ ਬਾਗ ਕਿਸ ਵਿੱਚ ਆਉਂਦਾ ਹੈ ਤੱਕ ਮੰਨ ਲਓ ਕਿ ਇਹ ਜਿਹੜਾ ਬਾਕੇਜ ਹੈ ਜਾਂ ਇਹ ਚੀਜ਼ ਹੈ ਕਿਸੇ ਦੇ ਦੁਆਰਾ ਕਿਸ ਨੂੰ ਮੰਨਿਆ ਗਿਆ ਕੁਐਸਚਨ ਵੀ ਆਪਣੇ ਆਪ ਚ ਬੜਾ ਡਿਫਿਕਲਟ ਹੈ ਜਿਹੜਾ ਜੇ ਸਮਝਿਆ ਜਾਵੇ ਜਾਂ ਤਾਂ ਇੱਥੇ ਲਿਖਿਆ ਜਾਵੇ ਕੋਈ ਕਵਿਤਾ ਹੈ ਜਾਂ ਕਿਸੇ ਦੀ ਰਚਨਾ ਹੈ ਰਚਨਾ ਖੀ ਜਾਵੇ ਐਦਾਂ ਦਾ ਹਨਾ ਐਦਾਂ ਦੇ ਐਗਜ਼ਾਮੀਨਰ ਕੁਐਸਚਨ ਪਾਉਣਗੇ ਅੱਛੇ ਨਹੀਂ ਹੋਣੇ ਤਾਂ 2006 ਦਾ ਸੀ ਆਪਸ਼ਨ ਸਹੀ ਹੈ ਅੰਥੋਲੇ ਅੰਥੋਲੇ ਠੀਕ ਹੈ ਜੀ 2008 ਦਾ ਜਿਹੜਾ ਸਹੀ ਆਪਸ਼ਨ ਨੰਬਰ ਕੁਲ ਸੀ ਹੈ ਠੀਕ ਹੈ ਜੀ ਚਲੋ ਅੱਗੇ ਚੱਲਦੇ ਆ ਆਪਣੇ ਕੋਲੇ ਆ ਟੂਲ ਲਾਈਫਸ ਹਨਾ ਦੋ ਜ਼ਿੰਦਗੀਆਂ ਦਾ ਲੇਖਕ ਕੌਣ ਹੈ ਤਾਂ ਜੀ ਆਪਣੇ ਕੋਲੇ ਆਪਸ਼ਨ ਹੈ ਮੋਨਿਕਾ ਲੀ ਬੀਐਸ ਨਾਈਪਾਲ ਵਿਕਰਮ ਸੇਠ ਤੇ ਪ੍ਰਕਾਸ਼ ਨੰਦ ਤਾਂ ਇਹਦੇ ਵਿੱਚ ਆਪਸ਼ਨ ਆਪਣੇ ਕੋਲੇ ਬੀ ਆਪਸ਼ਨ ਸਹੀ ਆ ਬੀ ਆਪਸ਼ਨ ਵਿਕਰਮ ਸੇਠ ਆ ਬੀ ਆਪਸ਼ਨ ਸਹੀ ਆ ਚਲੋ ਜੀ ਅੱਗੇ ਚੱਲਦੇ ਹਾਂ ਸਭ ਤੋਂ ਵੱਧ ਆਸ਼ਵਾਦੀ ਅੰਗਰੇਜ਼ੀ ਕਵੀ ਕੌਣ ਹੈ ਤਾਂ ਕੌਣ ਆ ਜੀ ਜਿਨ੍ਹਾਂ ਨੇ ਜ਼ਿਆਦਾਤਰ ਆਪਣੀ ਕਵਿਤਾਵਾਂ ਦੇ ਵਿੱਚ ਲੋਕਾਂ ਦੇ ਅੰਦਰ ਜਿਨ੍ਹਾਂ ਦੇ ਅੰਦਰ ਆਸ ਮੁੱਕ ਚੁੱਕੀ ਆ ਉਸ ਆਸ ਨੂੰ ਉਜਾਗਰ ਕੀਤਾ ਉਸ ਨੂੰ ਆਸ ਨੂੰ ਪੈਦਾ ਕੀਤਾ ਲੋਕਾਂ ਦੇ ਅੰਦਰ ਆਸ਼ਾਵਾਦੀ ਕਵੀ ਕੌਣ ਤੁਹਾਨੂੰ অপਸ਼ਨ ਹੈ অপਸ਼ਨ ਦੇ ਵਿੱਚੋਂ ਸਹੀ অপਸ਼ਨ ਕਿਹੜਾ ਆਪਣੇ ਕੋਲੇ ਡੀ অপਸ਼ਨ ਆਰ ਬਿਓਨਿੰਗ ਆਰ ਪ੍ਰੋਂ ਨਿੰਗ ਠੀਕ ਆ ਆਰ ਬਿਓਨਿੰਗ ਜਿਹੜਾ ਆਸ਼ਾਵਾਦੀ ਕਵੀ ਆ ਠੀਕ ਹੈ ਜਿਸ ਨੇ ਅੰਗਰੇਜ਼ੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਲਿਖੀਆਂ ਨੇ ਅਕੀ ਤੇਖੋ ਜੀ ਨਾਨਕ ਸਿੰਘ ਦੀ ਗੱਲ ਆ ਗਈ ਨਾਨਕ ਸਿੰਘ ਦਾ ਲਿਖਿਆ ਹੋਇਆ ਚਿੱਟਾ ਲਹੂ ਕੀ ਹੈ ਜਿਹੜਾ ਚਿੱਟਾ ਲਹੂ ਹੈ ਨਾ ਤੁਹਾਨੂੰ ਪਤਾ ਆਪਾਂ ਪਹਿਲਾਂ ਵੀ ਇੱਕ ਕੁਐਸਚਨ ਇਸ ਤੇ ਉੱਪਰ ਕਰ ਚੁੱਕੇ ਹਾਂ ਚਿੱਟਾ ਲਹੂ ਇੱਕ ਨਾਵਲ ਹੈ ਨਾ ਕਿ ਨਾਟਕ ਹੈ ਨਾਟਕ ਔਰ ਨਾਵਲ ਦੇ ਵਿੱਚ ਫਰਕ ਹੈ ਇਹ ਆਪਸ਼ਨ ਦੇ ਵਿੱਚ ਸਹੀ ਹੈ ਠੀਕ ਆ ਵੀਰ ਗਾਥਾ ਵੀ ਨਹੀਂ ਲੰਮੀ ਕਵਿਤਾ ਹੈ ਚਲੋ ਜੀ ਉਮੀਦ ਕਰਦਾ ਕਿ ਇਹ ਵੀ ਕਲਾਸ ਤੁਹਾਨੂੰ ਅੱਛੀ ਲੱਗੀ ਹੋਣੀ ਹੈ ਬਾਕੀ ਜਿਹੜੀ ਸਟੂਡੈਂਟ ਤਿਆਰੀ ਕਰਦੇ ਨੇ ਦਿਲ ਦੇ ਨਾਲ ਤਿਆਰੀ ਕਰੋ ਅਗਰ ਤੁਹਾਨੂੰ ਕਿਸੇ ਵੀ ਕੁਐਸਚਨ ਨੂੰ ਲੈ ਕੇ ਕਿਸੇ ਵੀ ਇਗਜ਼ਾਮ ਨੂੰ ਸੌਰੀ ਈਟੀਟੀ ਇਗਜ਼ਾਮ ਨੂੰ ਲੈ ਕੇ ਕੋਈ ਡਾਊਟ ਆਤਾ ਹੈ ਇਸ ਨੰਬਰ ਤੇ ਆਪਣੀ ਇਨਕੁਆਰੀ ਸ਼ੇਅਰ ਕਰ ਸਕਦੇ ਹੋ ਜੋ ਵੀ ਤੁਹਾਨੂੰ ਡਾਊਟ ਲੱਗਿਆ ਅਗਰ ਤੁਹਾਨੂੰ ਪੀਡੀਐਫ ਚਾਹੀਦਾ ਤਾਂ ਪੀਡੀਐਫ ਲਈ ਤੁਹਾਨੂੰ ਪਤਾ ਹੀ ਹੈ ਕਿ ਸਾਨੂੰ ਮੈਸੇਜ ਕਰਨਾ ਪੈਣਾ ਹੈ ਤਾਂ ਹੀ ਉਹ ਸਾਨੂੰ ਪੀਡੀਐਫ ਮਿਲੂਗਾ ਤੇ ਮੈਸੇਜ ਕਰਨ ਲਈ ਤੁਹਾਨੂੰ ਤੁਸੀਂ ਜਾ ਕੇ ਫਿਰ ਸੀਵਾਰਡ ਦੀ ਐਪ ਦੇ ਉੱਪਰ ਆਪਣੀ ਜਿਹੜੀ ਇਹ ਪੀਡੀਐਫ ਡਾਊਨਲੋਡ ਕਰ ਸਕਦੇ ਹੋ ਤੇ ਨੈਕਸਟ ਕਲਾਸ ਕਲਾਸ ਕੰਪਲੀਟ ਹੋ ਗਈ ਪੱਕੀ ਜੇਕਰ ਤੁਹਾਨੂੰ ਇਹ ਕਲਾਸ ਅੱਛੀ ਲੱਗਦੀ ਹੈ ਸਾਡਾ ਜਿਹੜਾ ਕੰਟੈਂਟ ਅੱਛਾ ਲੱਗਦਾ ਤੁਸੀਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਆਪਣੇ ਦੋਸਤ ਮਿੱਤਰ ਜਿਹੜੇ ਵੀ ਈਟੀਟੀ ਦੀ ਤਿਆਰੀ ਕਰਦੇ ਆ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਇਸ ਤਰ੍ਹਾਂ ਦੀ ਅਪਡੇਟਸ ਤੁਹਾਨੂੰ ਇਸ ਚੈਨਲ ਦੇ ਉੱਪਰ ਮਿਲਦੀ ਰਹੇ ਮਿਲਦੇ ਹਾਂ ਫਿਰ ਆਪਾਂ ਨੈਕਸਟ ਕਲਾਸ ਦੇ ਲਈ ਇੱਕ ਨਿਊ ਕੁਐਸਚਨ ਨਵੇਂ-ਨਵੇਂ ਪ੍ਰਸ਼ਨ ਲੈ ਕੇ ਹਾਜ਼ਰ ਹੋਣੇ ਆ ਤੇ ਉਮੀਦ ਕਰਦੇ ਹਾਂ ਇਸ ਤੋਂ ਬਾਅਦ ਤੁਹਾਡਾ ਪੇਪਰ ਨਹੀਂ ਆਏਗਾ